ਜਸ਼ਨ ਪੰਜਾਬ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਮਰਜੀਤ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤੋਂ ਬਹੁਤ ਵੱਡੇ ਤੌਰ 'ਤੇ ਕਿਸਾਨਾਂ ਨੂੰ ਇਸ ਚੀਜ਼ ਦਾ ਹੰਗਾਰਾ ਮਿਲਿਆ। ਅਤੇ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਲੁਧਿਆਣਾ ਦੇ ਡੇਲੋ ਕਸਬੇ ਦੇ ਵਿੱਚ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਦੀਆਂ ਲਾਈਵ ਤਸਵੀਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 9 ਮਹੀਨੇ ਹੋ ਗਏ ਅਡਾਨੀਆਂ ਦੇ ਬੰਦਰਗਾਹ 'ਤੇ ਬੈਠੇ ਹੋਏ ਹਾਂ। ਅੱਜ ਸਾਨੂੰ ਸੰਯੁਕਤ ਮੋਰਚੇ ਨੇ ਬੰਦ ਦਾ ਸੱਦਾ ਦਿੱਤਾ ਸੀਗਾ, ਭਾਰਤ ਬੰਦ ਦਾ। ਅੱਜ ਅਸੀਂ ਕਿਲ੍ਹਾ ਆਪਣੇ ਡੇਲੋ ਦੇ ਵਿੱਚ ਕਸਬੇ ਦੇ ਵਿੱਚ ਮੇਨ ਚੌਂਕ ਦੇ ਵਿੱਚ ਰੋਕ ਕੇ ਬੈਠੇ ਹੋਏ ਹਾਂ। ਜਦੋਂ ਤੱਕ ਮੋਦੀ ਸਾਡੀਆਂ ਮੰਗਾਂ ਨਹੀਂ ਮੰਨਦਾ, ਸਾਨੂੰ ਕੋਈ ਕਾਹਲੀ ਨਹੀਂ। ਜਦੋਂ ਉਹਦਾ ਮਨ ਕਰੂ ਉਦੋਂ ਮੰਨ ਜਾਵੇ, ਇਉਂ ਨਹੀਂ ਸਾਡਾ ਕੋਈ ਜ਼ਬਰਦਸਤੀ ਕੋਈ ਨਹੀਂ ਹੈਗੀ। ਜਦੋਂ ਮੰਨੂ ਉਦੋਂ ਅਸੀਂ ਮੰਨਣ ਨੂੰ ਤਿਆਰ ਹਾਂ। ਜਿੱਥੇ ਵੀ ਜਾਊ, ਅਮਰੀਕਾ ਜਾਊ, ਕਨੇਡਾ ਜਾਊ, ਕਿਸੇ ਬਾਹਰਲੇ ਦੇਸ਼ ਵੀ ਜਾਊਗਾ, ਉੱਥੇ ਹੀ ਇਹਦੇ ਬੇਇੱਜ਼ਤੀ ਦੇ ਹਾਰ ਇਹਦੇ ਗਲ ਦੇ ਵਿੱਚ ਪਾਵਾਂਗੇ। ਸਵੇਰੇ 6 ਵਜੇ ਠੀਕ ਬੰਦ ਕਰ ਦਿੱਤਾ ਸੀਗਾ, ਸਾਨੂੰ ਬਹੁਤ ਮਨ ਨੂੰ ਤਸੱਲੀ ਹੋਈ। ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ, ਇੱਥੇ ਨਾਲ ਉਹਨਾਂ ਨੇ ਲੰਗਰ ਵੀ ਲਾਇਆ ਹੋਇਆ, ਚਾਹ ਦੀ ਵੀ ਸੇਵਾ ਕਰ ਰਹੇ ਨੇ, ਅਤੇ ਦੁਕਾਨਦਾਰ ਵੀਰਾਂ ਦਾ ਅਤੇ ਸਾਰਿਆਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਆ, ਜਨਵਾਦੀ ਇਸਤਰੀ ਸਭਾ ਪੰਜਾਬ ਆ, ਉਹਦੇ ਸਹਿਯੋਗ ਦੇ ਨਾਲ ਜਿਹੜਾ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰੈਪੁਰ ਵਿਖੇ ਮੋਰਚਾ ਲੱਗਿਆ ਹੋਇਆ, ਉਸ ਮੋਰਚੇ ਤੋਂ ਅਸੀਂ ਅੱਜ ਇਲਾਕੇ ਦੇ ਵਿੱਚ ਕਈ ਥਾਵਾਂ 'ਤੇ ਜਿਹੜੇ ਜਾਮ ਲਾਏ ਨੇ। ਅਸੀਂ ਮੇਨਲੀ ਜਿਹੜਾ ਕਸਬਾ ਡੇਲੋਂ ਆ ਅਤੇ ਜੋਧਾਂ, ਉੱਥੇ ਦੋ ਜਗ੍ਹਾ ਅਸੀਂ ਜਾਮ ਲਾ ਕੇ ਬੈਠੇ ਹੋਏ ਹਾਂ, ਸਾਡੇ ਬੰਦੇ ਉੱਤੇ ਨੇ। ਅਸੀਂ ਅੱਜ ਡੇਲੋਂ ਜਿਹੜਾ ਮੇਨ ਬਾਜ਼ਾਰ ਰੋਡ ਆ, ਲੁਧਿਆਣਾ ਮਲੇਰਕੋਟਲਾ ਰੋਡ, ਉਹਦੇ 'ਤੇ ਜਾਮ ਲਾਇਆ ਹੋਇਆ ਵਾ। ਅਤੇ ਸਾਨੂੰ ਜਿਹੜੀਆਂ ਹੁਣ ਤੱਕ ਦੀਆਂ ਰਿਪੋਰਟਾਂ ਮਿਲੀਆਂ ਨੇ ਵੀ ਕੋਈ ਚੌਂਕ ਨਹੀਂ ਬਚਿਆ, ਕੋਈ ਚੁਰਾਹਾ ਨਹੀਂ ਬਚਿਆ ਜਿੱਥੇ ਲੋਕ ਜਾਮ ਲਾ ਕੇ ਨਾ ਬੈਠੇ ਹੋਣ। ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਬੰਦੇ ਨੇ, ਬੀਬੀਆਂ ਨੇ, ਭੈਣਾਂ ਨੇ, ਬੱਚੇ ਨੇ, ਉਹ ਇਸ ਜਿਹੜਾ ਡੇਲੋਂ ਵਾਲਾ ਮੇਨ ਚੌਂਕ ਆ ਉਹ ਅਸੀਂ ਜਿਹੜਾ ਜਾਮ ਲਾਇਆ ਹੋਇਆ, ਸਿਰਫ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਮੈਡੀਕਲ ਨਾਲ ਸੰਬੰਧਿਤ ਨੇ, ਦੁੱਧ ਵਾਲੀਆਂ ਨੇ, ਅਖਬਾਰ ਵਾਲੀਆਂ ਨੇ, ਅਤੇ ਜਿਹੜੇ ਪੱਤਰਕਾਰ ਵੀਰ ਨੇ ਜਿਹੜੇ ਕਰੰਟ ਮੀਡੀਆ ਨਾਲ ਸੰਬੰਧਿਤ ਨੇ, ਉਹਨਾਂ ਨੂੰ ਅਸੀਂ ਛੋਟ ਦਿੱਤੀ ਹੋਈ ਆ। ਪਰ ਕੁਝ ਦੇ ਵਿੱਚ ਬਹਾਨੇਬਾਜ਼ ਵੀ ਆਉਂਦੇ, ਅਸੀਂ ਉਹਨਾਂ ਨੂੰ ਸਖਤੀ ਨਾਲ ਵੀ ਰੋਕ ਰਹੇ ਹਾਂ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸੁਨੇਹਾ ਦਿੱਤਾ ਹੋਇਆ ਵੀ 27 ਦਾ ਭਾਰਤ ਬੰਦ ਰਹਿਣਾ। ਪਿਛਲੇ ਸਾਲ ਅਸੀਂ 25 ਸਤੰਬਰ ਨੂੰ ਬੰਦ ਕੀਤਾ ਸੀ ਅਤੇ ਅੱਜ ਉਹਨੂੰ ਸਾਲ ਹੋ ਗਿਆ, ਅਤੇ ਸਾਨੂੰ 10 ਮਹੀਨੇ ਹੋ ਗਏ ਨੇ ਜਿਹੜੀ ਦਿੱਲੀ ਦੀਆਂ ਗਰੂਹਾਂ 'ਤੇ ਬੈਠੇ ਮੋਦੀ ਦੀ ਜਿਹੜੀ ਸਰਕਾਰ ਆ ਉਹਦੇ ਕੰਨ 'ਤੇ ਜੂ ਨਹੀਂ ਸਰਕੀ। ਪਰ ਹੁਣ ਇਸ ਵਾਰ ਦਾ ਜਿਹੜਾ ਭਾਰਤ ਬੰਦ ਆ ਪੂਰੇ ਦੇਸ਼ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਰਿਹਾ, ਅਤੇ ਹੁਣ ਇਸ ਵਾਰ ਲੱਗਦਾ ਵਾ ਸਾਨੂੰ ਕਿ ਮੋਦੀ ਨੂੰ ਆਪਣਾ ਜਿਹੜਾ ਥੁੱਕ ਕੇ ਚੱਟਣਾ ਪੈਣਾ ਵਾ, ਅਤੇ ਜਿੰਨਾ ਚਿਰ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ, ਸਾਡਾ ਜਿਹੜਾ ਅੰਦੋਲਨ ਆ ਇਹਨਾਂ ਕਾਰਪੋਰੇਟ ਘਰਾਣਿਆਂ ਖਿਲਾਫ, ਮੋਦੀ ਸਰਕਾਰ ਖਿਲਾਫ ਅਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਲਗਾਤਾਰ ਜਾਰੀ ਰਹੂ। ਮੈਂ ਜਮਹੂਰੀ ਕਿਸਾਨ ਸਭਾ ਜਗਤਾਰ ਸਿੰਘ ਚਕੋਈ ਬੋਲ ਰਿਹਾ। ਮੈਂ ਬੜਾ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ, ਜਿਹੜਾ ਕਿ ਸਾਡੀ ਹਰ ਵਾਰੀ ਆਵਾਜ਼ ਆ ਜਿਹੜੀ ਤੁਸੀਂ ਸਾਨੂੰ ਦੇਸ਼ ਵਿਦੇਸ਼ ਪਹੁੰਚਾਉਂਦੇ ਹੋ, ਬੜਾ ਧੰਨਵਾਦੀ ਹਾਂ। ਅਸਲ ਮੈਂ ਜੋ ਅੱਜ ਦਾ ਦਿਨ ਆ, ਮਤਲਬ ਇੱਕ ਬਹੁਤ ਪੁਰਾਣਾ ਹਿਸਟਰੀ ਜੋ ਹੈ ਮੰਨੂ ਹੋਇਆ, ਮੰਨੂ ਆ ਜਿਹੜਾ ਮਤਲਬ ਉਹ ਲੋਕਾਂ ਨੂੰ ਫਿਰਕਾ ਪਾਤੀ ਤਾਂ ਤੋਂ ਧਰਮਾਂ ਦੇ ਉੱਪਰ ਬਣਦਾ ਸੀ, ਪਰ ਜੋ ਸਾਡੇ ਕਹੌਤ ਬਣੀ ਆ ਮੰਨੂ, ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਸਾਡੀ ਅੱਜ ਪੰਜਾਬ ਸਰਕਾਰ ਵੀ, ਹਿੰਦੁਸਤਾਨ ਸਰਕਾਰ ਵੀ ਧਰਮਾਂ ਦੇ ਨਾਂ 'ਤੇ ਜਾਤਾਂ ਦੇ ਉੱਪਰ ਸਰਕਾਰਾਂ ਬਣਾ ਰਹੀ ਆ ਕਿ ਕਿਹੜਾ ਕਿਹੜੀ ਲੋਕਾਂ ਨੂੰ ਜਾਤਾਂ ਧਰਮਾਂ ਗਿਣਾਏ ਨਾ, ਪਰ ਆਹ ਅੰਦੋਲਨ ਆ ਜਿਹੜਾ ਇਹ ਸਾਰੀਆਂ ਕੌਮਾਂ, ਧਰਮ, ਜਾਤ ਪਾਤ ਕੋਈ ਇਹਤੋਂ ਉੱਪਰ ਉੱਠ ਕੇ ਅੱਜ ਮੋਦੀ ਦੇ ਸਰਕਾਰ ਦੇ ਸਿਸਟਮ ਦੇ ਖਿਲਾਫ਼, ਅਡਾਰੀਆਂ ਅਵਾਨੀਆਂ ਦੇ ਖਿਲਾਫ਼ ਲੜਾਈ ਲੜ ਰਿਹਾ। ਅਸੀਂ ਇਹ ਸਾਨੂੰ ਸਫਲ ਸਾਡਾ ਐਕਸ਼ਨ ਆ, ਪੂਰਾ ਭਾਰਤ ਬੰਦ ਹੋ ਰਿਹਾ, ਬੜਾ ਸਮਰਥਨ ਮਿਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਨਾਮ ਹੈ ਜੀ ਤੁਹਾਡਾ? ਪਰਮਜੀਤ ਕੌਰ ਜਰਤੌਲੀ ਤੋਂ। ਹਾਂਜੀ। ਅਤੇ ਮੈਂ ਜਨਵਾਦੀ ਇਸਤਰੀ ਸਭਾ ਦੀ ਮੀਤ ਪ੍ਰਧਾਨ ਜ਼ਿਲ੍ਹੇ ਦੀ। ਹਾਂਜੀ, ਅਸੀਂ ਇਹ ਜਿਹੜਾ 27 ਦਾ ਅੱਜ ਭਾਰਤ ਬੰਦ ਕੀਤਾ ਨਾ, ਇਹਨੂੰ ਕਾਮਯਾਬ ਕਰਨ ਲਈ ਪਿੰਡਾਂ ਪਿੰਡਾਂ 'ਚ ਰੈਲੀਆਂ ਕੀਤੀਆਂ ਨੇ। ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਵੀ ਸਾਰਾ ਇਹ ਇਕੱਠ ਵਧਾਓ, ਆਪਣੀ ਜਿਹੜੀ ਏਕਤਾ ਵਾ ਇਹਨੂੰ ਦਿਖਾਓ ਕਿ ਮੋਦੀ ਸਰਕਾਰਾਂ ਨੂੰ ਅਸੀਂ ਹਿਲਾ ਸਕੀਏ, ਮੋਦੀ ਸਰਕਾਰ ਨੂੰ ਵੀ ਸਾਡਾ ਏਕਾ ਜਿਹੜਾ ਇਹ ਜਿੰਦਾਬਾਦ ਆ, ਇਹ ਜਿਹੜੇ ਕਾਲੇ ਕਾਨੂੰਨ ਨੇ
ਇਹ ਹਰ ਹਾਲਤ ਦੇ ਵਿੱਚ ਰੱਦ ਕਰਵਾਉਣੇ ਹੀ ਕਰਵਾਉਣੇ ਨੇ, ਇਹਨਾਂ ਨੂੰ ਕਰਨੇ ਪੈਣੇ ਨੇ, ਕਿਉਂਕਿ ਅੰਦਰੋਂ ਅੰਦਰੀ ਜਿਹੜੀਆਂ ਸਰਕਾਰਾਂ ਨੇ ਮਰੀਆਂ ਤਾਂ ਬੈਠੀਆਂ ਨੇ, ਪਰ ਇਹ ਸ਼ਰਮ ਦੀਆਂ ਮਾਰੀਆਂ ਇਹ ਬਿੱਲ ਜਿਹੜੇ ਰੱਦ ਕਰ ਨਹੀਂ ਰਹੀਆਂ। ਇਹ ਸਵਾਲ ਨਹੀਂ ਪੈਦਾ ਹੁੰਦਾ ਕਿ ਇਹ ਬਿੱਲ ਨਾ ਰੱਦ ਹੋਣੇ, ਹਰ ਹਾਲਤ 'ਚ ਰੱਦ ਹੋਣਗੇ। ਉਨ੍ਹਾਂ ਚਿਰ ਅਸੀਂ ਡਟੇ ਰਹਾਂਗੇ, ਅਸੀਂ ਆਪਣੇ ਮੋਰਚਿਆਂ ਤੋਂ ਨਹੀਂ ਉੱਠਾਂਗੇ, ਅਸੀਂ ਸਿਰ ਦੇ ਜਾਵਾਂਗੇ, ਪਰ ਅਸੀਂ ਇਹ ਹਾਰ ਕੇ ਨਹੀਂ ਜਾਵਾਂਗੇ, ਅਸੀਂ ਜਿੱਤ ਕੇ ਹੀ ਜਾਵਾਂਗੇ। ਧੰਨਵਾਦ। ਹਾਂਜੀ ਹਾਂਜੀ, ਮੈਂ ਪਰਮਜੀਤ ਕੌਰ, ਜਨਵਾਦੀ ਇਸਤਰੀ ਸਭਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ। ਅਸੀਂ ਅੱਜ ਇੱਥੇ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਜੋ ਸਾਨੂੰ ਸੱਦਾ ਦਿੱਤਾ ਸੀ ਬੰਦ ਕਰਨ ਦਾ, ਭਾਰਤ ਬੰਦ ਕਰਨ ਦਾ, ਅਸੀਂ ਉਹਦੇ ਸੰਬੰਧ ਵਿੱਚ ਸਾਡੀਆਂ ਸਾਰੀਆਂ ਜਥੇਬੰਦੀਆਂ, ਜਨਵਾਦੀ ਇਸਤਰੀ ਸਭਾ ਅਤੇ ਸ਼ਹੀਦ ਨੌਜਵਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ, ਸਾਰੀਆਂ ਅਸੀਂ ਇਕੱਠੀਆਂ ਹੋ ਕੇ ਇਸ ਕਿਸਾਨ ਇਹਨੂੰ ਬੰਦ ਨੂੰ ਹਮਾਇਤ ਦੇਣ ਲਈ ਅੱਜ ਅਸੀਂ ਇੱਥੇ ਡੇਲੋਂ ਵਿਖੇ ਚੌਂਕ 'ਚ ਇਕੱਠੇ ਹੋਏ ਹਾਂ। ਅਤੇ ਅਸੀਂ ਅਪੀਲ ਕਰਦੇ ਸਾਰੇ ਪੁਰਜ਼ੋਰ ਇਹਨਾਂ ਨੂੰ, ਆਪਣੇ ਸਾਰੇ ਭੈਣ ਭਰਾਵਾਂ ਨੂੰ, ਕਿ ਵੱਧ ਤੋਂ ਵੱਧ ਇਸ ਬੰਦ ਦੀ ਹਮਾਇਤ ਕਰਨ ਲਈ ਇਕੱਠੇ ਹੋਣ। ਅਤੇ ਅਸੀਂ ਪਹਿਲਾਂ ਪਿੰਡਾਂ ਵਿੱਚ ਰੈਲੀ ਮਾਰਚ ਵੀ ਕੀਤਾ ਇਸ ਸੰਬੰਧ ਵਿੱਚ, ਆਸ ਹੈ ਕਿ ਲੋਕ ਵੱਧ ਤੋਂ ਵੱਧ ਇਸ ਬੰਦ ਨੂੰ ਹੁੰਗਾਰਾ ਭਰਨਗੇ। ਅਤੇ ਸਾਡੇ ਜੋ ਇਹ ਕਾਲੇ ਕਾਨੂੰਨ ਸਾਡੇ ਲੋਕ ਮਾਰੂ ਲਿਆਂਦੇ ਗਏ ਨੇ, ਅਸੀਂ ਇਹਨਾਂ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਅਤੇ ਜਿਹੜਾ ਇਹ ਕਾਰਪੋਰੇਟ ਵਿਕਾਸ ਮਾਡਲ ਹੈ, ਇਸ ਨੂੰ ਵੀ ਸਾਨੂੰ ਬਦਲਣਾ ਪੈਣਾ, ਤਾਂ ਹੀ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਸੰਵਰ ਸਕਦੀ ਹੈ। ਅਤੇ ਸਾਨੂੰ ਸਿਰਫ ਇਹ ਨਹੀਂ ਵੀ ਇਕੱਲਾ ਭਾਜਪਾ ਸਰਕਾਰ ਨੂੰ ਬਦਲਣਾ ਪੈਣਾ, ਸਾਨੂੰ ਇਸ ਕਾਰਪੋਰੇਟ ਜਿਹੜਾ ਹੈਗਾ ਵਿਕਾਸ ਮਾਡਲ, ਇਹਨੂੰ ਵੀ ਬਦਲਣਾ ਪੈਣਾ। ਅਤੇ ਸਾਡੇ ਲੋਕ ਜਿਹੜਾ ਇਹ ਕਿਸਾਨ ਅੰਦੋਲਨ ਚੱਲ ਰਿਹਾ, ਅੱਗੇ ਨਾਲ ਬਹੁਤ ਦਲੇਰ ਹੋ ਗਏ ਨੇ, ਉਹ ਜਿਹੜੇ ਆਪਣੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਸਵਾਲ ਵੀ ਪੁੱਛ ਰਹੇ ਨੇ ਅਤੇ ਉਹਨਾਂ ਨੂੰ ਸਮਝਾ ਰਹੇ ਨੇ ਕਿ ਲੋਕਤੰਤਰ ਦਾ ਕੀ ਮਤਲਬ ਹੁੰਦਾ। ਅਤੇ ਸਾਡੇ ਹੁਣ ਜਿਹੜੇ ਲੋਕ ਨੇ ਉਹਨਾਂ 'ਚ ਇੰਨਾ ਜਜ਼ਬਾ ਭਰ ਚੁੱਕਿਆ ਕਿ ਉਹ ਆਪਣੀ ਹਾਰ ਮੰਨਣ ਲਈ ਆਪਣੀ ਹਾਰ ਨਹੀਂ ਮੰਨਣਗੇ, ਅਤੇ ਇਹ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਨੇ ਇਹਨਾਂ ਨੂੰ ਰੱਦ ਕਰਾ ਕੇ ਹੀ ਆਪਣੇ ਘਰਾਂ ਨੂੰ ਵਾਪਸ ਪਹੁੰਚਣਗੇ। ਨੌਜਵਾਨ ਸ਼ਹੀਦ ਭਗਤ ਸਿੰਘ ਸਭਾ ਦੀ ਆਗੂ ਹਾਂ, ਅਸੀਂ ਜਿਹੜਾ 27 ਸਤੰਬਰ ਭਾਰਤ ਬੰਦੀ ਕਾਲ ਦਿੱਤੀ ਗਈ ਸੀ, ਇਹ ਜਦੋਂ ਅਸੀਂ ਸਾਰੇ ਜਾਣਦੇ ਹਾਂ ਦਿੱਲੀ ਦੇ ਵਿੱਚ ਕਨਵੈਨਸ਼ਨ ਚੱਲੀ ਸੀ ਸੰਯੁਕਤ ਕਿਸਾਨ ਮੋਰਚੇ ਦੀ, ਤਾਂ ਉਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ 27 ਸਤੰਬਰ ਨੂੰ ਅਸੀਂ ਭਾਰਤ ਬੰਦ ਰੱਖਾਂਗੇ। ਅਤੇ ਸਾਡੇ ਕੋਲ ਲਗਭਗ 1 ਤੋਂ 1.5 ਮਹੀਨੇ ਦੇ ਵਿੱਚ ਦਾ ਟਾਈਮ ਸੀ, ਜਿਹਦੇ ਕਾਰਨ ਅਸੀਂ ਫੁੱਲ ਤਿਆਰੀ ਖਿੱਚੀ ਹੋਈ ਸੀ ਇਸ ਭਾਰਤ ਬੰਦ ਦੀ। ਅਤੇ ਇਹਦੇ ਨਾਲ ਨਾਲ ਅਸੀਂ ਪਿੰਡੋਂ ਪਿੰਡ ਜਾ ਕੇ ਜਿਹੜੇ ਮਾਰਚ ਵੀ ਕੀਤੇ, ਅਤੇ ਉਹਦੇ ਵਿੱਚ ਲੋਕਾਂ ਨੂੰ ਜਿਹੜੇ ਲੋਕ ਹਜੇ ਕਿਤੇ ਨਾ ਕਿਤੇ ਜਾਗਰਿਤ ਨਹੀਂ ਹੋਏ ਉਹਨਾਂ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਅਸੀਂ ਆਉਣ ਵਾਲੇ ਟਾਈਮਾਂ 'ਚ ਵੀ ਇਹ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਤੇਰੀਆਂ ਨੀਤੀਆਂ ਅਸੀਂ ਚੱਲਣ ਨਹੀਂ ਦੇਣੀਆਂ, ਕਿਉਂਕਿ ਤੈਂ ਸਾਡੇ ਕੋਲ ਨਾ ਰੁਜ਼ਗਾਰ, ਨਾ ਸਿਹਤ ਸਹੂਲਤਾਂ, ਨਾ ਕਿਸੇ ਤਰ੍ਹਾਂ ਦੀ ਕੋਈ ਸਾਡੀ, ਇੱਥੋਂ ਤੱਕ ਤੂੰ ਖੇਤੀ ਵੀ ਖੋਣ 'ਤੇ ਲੱਗਿਆ ਹੋਇਆ ਹੈ, ਪਰ ਤੇਰੀਆਂ ਇਸ ਨੀਤੀਆਂ ਨੂੰ ਅਸੀਂ ਖਤਮ ਕਰਕੇ ਰਹਾਂਗੇ। ਅਤੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਹ ਆਪਣੇ ਆਪ ਨਾਲ ਇੱਕ ਅਹਿਦ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਟਾਈਮਾਂ 'ਚ ਪਿੰਡਾਂ ਪਿੰਡਾਂ 'ਚ ਜਾ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਹਰ ਵਰਗ ਦੇ ਨੌਜਵਾਨ ਵੀਰ ਨੂੰ ਅਤੇ ਨੌਜਵਾਨ ਭੈਣ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ, ਤਾਂ ਜੋ ਅਸੀਂ ਜਥੇਬੰਦ ਹੋਈਏ, ਸਾਡਾ ਇਹ ਸਾਰਿਆਂ ਦਾ ਫਰਜ਼ ਬਣਦਾ। ਜਿਵੇਂ ਕਿ ਅਸੀਂ ਇਹਨਾਂ ਸਰਕਾਰਾਂ ਦੀਆਂ ਆਉਣ ਵਾਲੀਆਂ ਨੀਤੀਆਂ ਦਾ ਜੇਕਰ ਅਸੀਂ ਜਥੇਬੰਦ ਹੋਵਾਂਗੇ ਤਾਂ ਸਾਡਾ ਏਕਾ ਹੋਊਗਾ, ਤਾਂ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਦੂਜੀ ਗੱਲ, ਮੈਂ ਵੀਰ ਜੀ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਵੀ ਮੈਂ ਅਪੀਲ ਕਰਦੀ ਹਾਂ ਕਿ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉੱਠ ਜਾਣਾ ਚਾਹੀਦਾ। ਇਹਨਾਂ ਜਾਤਾਂ ਪਾਤਾਂ ਕਰਕੇ ਹੀ ਸਾਡਾ ਜੇ ਹਾਲਾਤ ਹੋ ਚੁੱਕੇ ਨੇ, ਕਿਉਂਕਿ ਅਸੀਂ ਜਾਤਾਂ ਪਾਤਾਂ 'ਚ ਫਸਾ ਦਿੰਦੇ ਨੇ ਸਾਨੂੰ, ਅਤੇ ਆਪ ਇਹ ਬੈਠ ਕੇ ਕਾਨੂੰਨ ਘੜਦੇ ਨੇ, ਅਤੇ ਕਾਨੂੰਨ ਅਸੀਂ ਇਹਨਾਂ ਦੇ ਕਿਸੇ ਵੀ ਹਾਲਤ 'ਚ ਵਾਪਸ ਕਰਾ ਕੇ ਹੀ ਰਹਾਂਗੇ। 23 ਸਤੰਬਰ ਜੋ ਭਾਰਤ ਬੰਦ ਦੇ ਸੱਦੇ ਦੇ ਉੱਪਰ ਸਾਰੇ ਮੇਰੇ ਵੀਰ ਨੌਜਵਾਨ ਸਭਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਕੱਠ ਕੀਤਾ ਗਿਆ, ਅਸੀਂ ਇਹਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਜੋ ਅੱਜ ਦਾ ਧਰਨਾ ਲਗਾਇਆ ਅਸੀਂ ਡੇਲੋਂ ਚੌਂਕ ਦੇ ਵਿੱਚ, ਜੋ ਮੇਰੇ ਮਿੱਤਰ ਬਹੁਤ 1 ਸਾਲ ਦੇ ਉੱਪਰੋਂ ਅਡਾਨੀ ਨੇ ਜੜ੍ਹਾਂ 'ਚ ਬੈਠੇ ਹੋਏ ਨੇ ਕਲਾਰਿਆ ਪਰ ਬੰਦਰਗਾਹ ਦੇ ਉੱਪਰ, ਅਤੇ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਇਸ ਸਾਰੇ ਸਮੁੱਚੇ ਜਥੇਬੰਦੀ ਨੂੰ ਵੀ ਜੋ ਇਹਨਾਂ ਨੇ ਅੰਦੋਲਨ ਪਹਿਲੇ ਦਿਨ ਤੋਂ ਤੋਰਿਆ ਸੀ, ਅੱਜ ਤੱਕ ਪੂਰੀ ਬੁਲੰਦੀਆਂ 'ਤੇ ਆ। ਜੇ ਅਡਾਨੀ ਦਾ ਝੰਡਾ ਪੱਟਿਆ ਗਿਆ, ਜੇ ਅਡਾਨੀ ਦੇ ਬੋਰਡ ਪੱਟੇ ਗਏ ਤਾਂ ਕਿਲਾਰਿਆ ਪਰ ਬੰਦਰਗਾਹ ਤੋਂ ਪੱਟੇ ਗਏ ਨੇ। ਇਹ ਸਾਨੂੰ ਫਖਰ ਆ ਆਪਣੇ ਇਸ ਅੰਦੋਲਨ ਦੇ ਉੱਪਰ, ਕਿਸਾਨ ਜਮਹੂਰੀ ਜਥੇਬੰਦੀਆਂ ਨੌਜਵਾਨ ਸਭਾ ਸ਼ਹੀਦ ਭਗਤ ਸਿੰਘ ਜੀ ਦਾ
ਦਸਾਓ ਬਣੀ ਹੋਈ ਹੈ ਸਾਰੇ ਜਥੇਬੰਦੀਆਂ ਇਕੱਠੀਆਂ ਨੇ ਸਾਰਾ ਸੰਯੁਕਤ ਮੋਰਚਾ ਇਕੱਠਾ ਵਾ ਇਹ ਬਹੁਤ ਵਧਾਈ ਦੇ ਪਾਤਰ ਨੇ ਸਾਰੇ ਅਸੀਂ ਅੱਜ ਮੋਦੀ ਦੀਆਂ ਜੜ੍ਹਾਂ 'ਚ ਤੇਲ ਦੇਣ ਲੱਗੇ ਹਾਂ ਮੋਦੀ ਆਪਣੇ ਕਾਨੂੰਨ ਵਾਪਸ ਦੇ ਲਾ ਇੱਕ ਤੇਰੀ ਧੱਕੇ ਸਹੀ ਨਹੀਂ ਚੱਲਣੀ ਹੈਗੀ ਇਹ ਕਿਸਾਨਾਂ ਦਾ ਰਾਜ ਆ ਇਹ ਜਨ ਅੰਦੋਲਨ ਬਣ ਗਿਆ ਇਕੱਲਾ ਤੂੰ ਪੰਜਾਬ ਨਾ ਸਮਝ ਕਹਿੰਦੇ ਪੰਜਾਬ ਦੇ ਪੰਜਾਬ ਬਾਰੇ ਬਹੁਤ ਗਲਤ ਗੱਲਾਂ ਬੋਲਦੇ ਸੀ ਲੀਡਰ ਉਹਨਾਂ ਨੂੰ ਪਤਾ ਲੱਗਿਆ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਕ੍ਰਾਂਤੀਕਾਰੀ ਅੰਦੋਲਨ ਬਣ ਗਿਆ ਜਿਵੇਂ ਸਰਦਾਰ ਭਗਤ ਸਿੰਘ ਜੀ ਨੇ ਆਜ਼ਾਦੀ ਲਈ ਸੀ ਇਸ ਤਰ੍ਹਾਂ ਹੀ ਕਿਸਾਨਾਂ ਨੇ ਝੰਡਾ ਚੱਕ ਲਿਆ ਹੁਣ ਇਹ ਜਿੱਤ ਹੋ ਗਏ ਹੋਊ ਜਦੋਂ ਮਰਜ਼ੀ ਤੂੰ ਐਲਾਨ ਕਰ ਦੇ ਕਾਨੂੰਨ ਆਪਣੇ ਵਾਪਸ ਲੈ ਲਓ ਅਸੀਂ ਅੱਜ ਇੱਥੇ ਸਮੂਹ ਦੁਕਾਨਦਾਰ ਭਰਾ ਡੇਲੋਂ ਬਾਜ਼ਾਰ ਪੂਰੀ ਕਮੇਟੀ ਪਹਿਲਾਂ ਵਾਂਗੂ ਅੱਜ ਫਿਰ ਕਿਸਾਨਾਂ ਦਾ ਸਮਰਥਨ ਦਿੰਦੇ ਹਾਂ ਅਸੀਂ ਸ਼ੁਰੂ ਤੋਂ ਜਦੋਂ ਤੋਂ ਵੀ ਇਹ ਸੰਘਰਸ਼ ਚੱਲਿਆ ਵਾ ਪਹਿਲੇ ਦਿਨ ਤੋਂ ਹੀ ਸਾਰੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਰਹੇ ਹਾਂ ਅਤੇ ਚੱਲਦੇ ਹੀ ਰਹਾਂਗੇ ਜਿੰਨਾ ਵੀ ਸਾਡੇ ਤੋਂ ਯੋਗਦਾਨ ਬਣਦਾ ਅਸੀਂ ਹਰ ਵੇਰ ਪਾ ਰਹੇ ਹਾਂ ਇਸ ਵਾਰ ਦੇਖੋ ਤੁਸੀਂ ਸਾਰੀ ਪੂਰਾ ਹੀ ਟੋਟਲੀ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹੈ ਅਤੇ ਨਾਲ ਸਾਰੇ ਦੁਕਾਨਦਾਰ ਭਰਾ ਸਵੇਰ ਤੋਂ ਲੈ ਕੇ ਇੱਥੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੋ ਕਿ ਇਹ ਜਿਹੜੀ ਮਿਹਨਤ ਆ ਆਪਣੀ ਇਹ ਸਫਲ ਹੋਏਗੀ ਹੋਏਗੀ ਸਾਰੇ ਜਿੰਨੇ ਵੀ ਕਿਸਾਨ ਭਰਾ ਨੇ ਸਾਰਿਆਂ ਨੂੰ ਅਸੀਂ ਫਿਰ ਇਹੀ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਇਹਦੇ ਵਿੱਚ ਆ ਕੇ ਯੋਗਦਾਨ ਪਾਉਣ ਇਕੱਠੇ ਹੋ ਕੇ ਆਪਾਂ ਨੂੰ ਪੂਰਾ ਹਮਲਾ ਮਾਰਨ ਦੀ ਲੋੜ ਹੈ ਤਾਂ ਕਿ ਆਪਣੀ ਜਿੱਤ ਪੂਰੀ ਯਕੀਨੀ ਹੈ ਅਤੇ ਬਾਕੀ ਜਿਹੜੇ ਵੀ ਕਿਸਾਨ ਭਰਾ ਜਾਂ ਦੁਕਾਨਦਾਰ ਇੱਥੇ ਨਹੀਂ ਪਹੁੰਚੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਰੇ ਇੱਥੇ ਇਕੱਠੇ ਹੋ ਕੇ ਪਹੁੰਚਣ ਤਾਂ ਕਿ ਸਾਰਾ ਉੱਪਰ ਤੱਕ ਸਰਕਾਰ ਨੂੰ ਪਤਾ ਲੱਗੇ ਵੀ ਕਿੰਨਾ ਕੁ ਆਪਣੇ ਲੋਕਾਂ ਦੇ ਵਿੱਚ ਏਕਾ ਕਾਇਮ ਹੈ ਧੰਨਵਾਦ ਜੀ ਹਿੰਦੁਸਤਾਨ ਭਰ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਅੱਜ ਪੂਰੇ 10 ਮਹੀਨੇ ਹੋ ਚੁੱਕੇ ਆ ਔਰ ਇਹ ਸੰਘਰਸ਼ ਪਿਛਲੇ ਸਾਲ ਸ਼ੁਰੂ ਹੋ ਕੇ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਿਹਾ ਔਰ ਲਹਿਰ ਜਿਹੜੀ ਆ ਹੋਰ ਮਜ਼ਬੂਤ ਜਿਹੜੀ ਆ ਹੋ ਰਹੀ ਚਾਹੇ ਇਹ ਸੰਘਰਸ਼ ਇਕੱਲੇ ਕਿਸਾਨਾਂ ਦੇ ਮੰਗਾਂ ਨੂੰ ਲੈ ਕੇ ਜਿਹੜੇ 3 ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਆ ਉਹਨੂੰ ਲੈ ਕੇ ਵਾਪਸ ਕਰਾਉਣ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਸੀ ਲੇਕਿਨ ਅੱਜ ਇਸ ਸੰਘਰਸ਼ ਦੇ ਵਿੱਚ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਮੁਲਾਜ਼ਮ ਸਾਰੇ ਹੀ ਸ਼ਾਮਿਲ ਹੋ ਚੁੱਕੇ ਆ ਕਿਉਂਕਿ ਕਿਸਾਨ ਜਿਹੜਾ ਉਹ ਕਿਸੇ ਵੀ ਦੇਸ਼ ਦੀ ਖਾਸ ਕਰਕੇ ਭਾਰਤ ਦੀ ਰੀੜ੍ਹ ਦੀ ਹੱਡੀ ਆ ਔਰ ਜੇ ਕਿਸਾਨਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦੇ ਤਾਂ ਮਜ਼ਦੂਰਾਂ ਨੂੰ ਵੀ ਲਾਹੇਵੰਦ ਉਜਰਤਾਂ ਨਹੀਂ ਮਿਲਣਗੀਆਂ ਔਰ ਜੇ ਦੁਕਾਨਦਾਰਾਂ ਦਾ ਜਿਹੜਾ ਉਹ ਸੌਦਾ ਹਰ ਇੱਕ ਚੀਜ਼ ਮਹਿੰਗੀ ਹੋਊਗੀ ਕਿਸਾਨੀ ਨਾਲ ਜੁੜੀ ਹੋਣ ਕਰਕੇ ਉਹਨਾਂ ਦੇ ਵੀ ਕਾਰੋਬਾਰ 'ਤੇ ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ ਸੋ ਇਸ ਲਈ ਇਹ ਜਿਹੜਾ ਸੰਘਰਸ਼ ਆ ਇਹ ਇਕੱਲੇ ਕਿਸਾਨਾਂ ਦਾ ਨਾ ਹੋ ਕੇ ਹੁਣ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਲਗਭਗ ਹਰ ਹਿੰਦੁਸਤਾਨੀ ਦਾ ਜਿਹੜਾ ਇਹ ਸੰਘਰਸ਼ ਜਿਹੜਾ ਉਹ ਸਾਂਝਾ ਹੋ ਚੁੱਕਿਆ ਔਰ ਇਸ ਸੰਘਰਸ਼ ਦੇ ਵਿੱਚ ਜੋ ਮੈਂ ਸਮਝਦਾ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਲੋਕਾਂ ਦੀ ਏਕਤਾ ਜਿਹੜੀ ਆ ਬਹੁਤ ਮਜ਼ਬੂਤ ਹੋਈ ਆ ਇਕੱਲੀ ਏਕਤਾ ਨਹੀਂ ਭਾਈਚਾਰਾ ਵੀ ਜਿਹੜਾ ਉਹ ਬਹੁਤ ਮਜ਼ਬੂਤ ਜਿਹੜਾ ਹੋਇਆ ਜਿੱਥੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਦਾ ਏਕਾ ਉਸਰਿਆ ਉੱਥੇ ਜਿਹੜਾ ਪੰਜਾਬ ਆ ਹਮੇਸ਼ਾ ਸੈਕੂਲਰਿਜ਼ਮ 'ਤੇ ਚੱਲਿਆ ਅਤੇ ਅੱਜ ਹਿੰਦੁਸਤਾਨ ਦੇ ਵਿੱਚ ਕਿਸਾਨੀ ਲਹਿਰ ਨੇ ਸੈਕੂਲਰਿਜ਼ਮ ਨੂੰ ਹੈ ਜਿਹੜੀ ਬਹੁਤ ਵੱਡੀ ਜਿਹੜੀ ਉਹ ਦੇਣ ਦਿੱਤੀ ਆ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜੋ ਕੁਛ ਯੂਪੀ ਦੇ ਵਿੱਚ ਹੋ ਰਿਹਾ ਸੀ ਜੋ ਰਾਜਸਥਾਨ ਦੇ ਵਿੱਚ ਹੋ ਰਿਹਾ ਸੀ ਚਾਹੇ ਉਹ ਦਾਦਰੀ ਦਾ ਜਿਹੜਾ ਕਾਂਡ ਹੋਇਆ ਸੀ ਅਖਲਾਕ ਦਾ ਜਿਹਦੇ ਵਿੱਚ ਮੁਸਲਮਾਨ ਨੂੰ ਜਿਹੜਾ ਉਹ ਜੈ ਸੀਆ ਰਾਮ ਦੇ ਨਾਅਰੇ ਲਾ ਕੇ ਜਿਹੜਾ ਭੀੜ ਨੇ ਮਾਰਤਾ ਪਹਿਲੂ ਖਾਨ ਦਾ ਟੈਂਪੂ ਘੇੜ ਕੇ ਉਹਨੂੰ ਮਾਰਤਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੇ ਸਾਰੇ ਵਰਗ ਨੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਇਕੱਠੇ ਹੋ ਰਹੇ ਆ ਸਾਰੇ ਧਰਮ ਇਕੱਠੇ ਹੋ ਰਹੇ ਆ ਔਰ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਉਸ ਤੋਂ ਬਾਅਦ ਯੂਪੀ ਵੈਸਟ ਦੇ ਵਿੱਚ ਰਾਜਸਥਾਨ ਦੇ ਵਿੱਚ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜੇ ਫਿਰਕੂ ਜਾਤੀ ਦੰਗੇ ਕਰਵਾਏ ਜਾਂਦੇ ਸੀ ਸਰਕਾਰ ਦੁਆਰਾ ਉਹਨਾਂ ਦੇ ਵਿੱਚ ਬਹੁਤ ਕਮੀ ਆਈ ਆ ਅੱਜ ਜਿੱਥੇ ਕਿਸਾਨ ਬੈਠਾ ਸਿੱਖ ਬੈਠੇ ਨੇ ਹਿੰਦੂ ਬੈਠੇ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਮੁਸਲਮਾਨ ਜਿਹੜੇ ਨੇ ਉਹ ਵੀ ਉਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਆ ਇਹ ਇਸ ਸੰਘਰਸ਼ ਦੀ ਬਹੁਤ ਵੱਡੀ ਜਿਹੜੀ ਉਹ ਜਿੱਤ ਆ ਕਿ ਸੈਕੂਲਰਿਜ਼ਮ ਦੀ ਜਿਹੜੀ ਜਿੱਤ ਹੋਈ ਆ ਔਰ ਕਿਸਾਨੀ ਸੰਘਰਸ਼ ਜਿਹੜਾ ਇਹ ਜਿੱਤ ਵੱਲ ਵਧੂਗਾ ਕੋਈ ਵੀ ਸਰਕਾਰ ਜਿਹੜੀ ਆ ਚਾਹੇ ਮੋਦੀ ਦੀ ਹੋਵੇ ਚਾਹੇ ਅਡਾਨੀਆਂ ਦੀ ਹੋਵੇ ਅਬਾਨੀਆਂ ਦੀ ਹੋਵੇ ਅਸਲ ਤਾਂ ਅਡਾਨੀਆਂ ਅਬਾਨੀਆਂ ਦੀ ਸਰਕਾਰ ਆ ਮੋਦੀ ਦਾ ਸਾਰਾ ਕੁਛ ਦੇਸ਼ ਦਾ ਜਿਹੜਾ
ਉਹ ਹਵਾਲੇ ਹੀ ਅਡਾਨੀਆਂ ਬਾਨੀਆਂ ਦੇ ਕਰਨਾ ਚਾਹੁੰਦਾ। ਜੇ ਅਸੀਂ ਪਬਲਿਕ ਸੈਕਟਰ ਦੀ ਗੱਲ ਕਰੀਏ, BSNL ਇਹਨੇ ਸਾਰਾ ਜਿਹੜਾ ਸੱਤਿਆਨਾਸ਼ ਕਰਤਾ, BSNL ਦਾ ਜੋ HP ਆ ਹਿੰਦੁਸਤਾਨ ਪੈਟਰੋਲੀਅਮ ਉਹਦਾ ਸੱਤਿਆਨਾਸ਼ ਕਰਤਾ, ਔਰ ਰੇਲਵੇ ਦੇ ਜਿਹੜਾ ਉਹ ਨਿੱਜੀਕਰਨ ਕਰਨ ਵਾਲੇ ਪਾਸੇ ਤੁਰੇ ਹੋਏ ਆ। ਅਦਾਰਾ ਛੱਡ ਕਿਹੜੇ ਰਹੇ ਨੇ? ਕੋਈ ਅਦਾਰਾ ਜਿਹੜਾ ਨਹੀਂ ਛੱਡਿਆ ਜਾ ਰਿਹਾ, ਸਭ ਕੁਛ ਉਡਾਨੀਆਂ ਬਾਨੀਆਂ ਦੇ ਹਵਾਲੇ ਕੀਤਾ ਜਾ ਰਿਹਾ। ਇਸ ਕਰਕੇ ਇਸ ਸੰਘਰਸ਼ ਨੂੰ ਸਾਨੂੰ ਹੋਰ ਵੀ ਜਿਹੜਾ ਉਹ ਤਿੱਖਾ ਕਰਨਾ ਪਊਗਾ, ਔਰ ਨਾਲ ਹੀ ਇਸ ਸੰਘਰਸ਼ ਨੂੰ ਦੂਜੇ ਪਾਸੇ ਵੀ ਵਧਣਾ ਹੋਊਗਾ ਕਿ 2024 ਦੇ ਵਿੱਚ ਅਡਾਨੀਆਂ ਅੰਬਾਨੀਆਂ ਦੀ ਜਿਹੜੀ ਸਰਪ੍ਰਸਤ ਦੀ ਸਰਕਾਰ ਆ ਉਹ 2024 ਦੇ ਵਿੱਚ ਘੱਟੋ ਘੱਟ ਮੋਦੀ ਸਾਹਿਬ ਦੁਬਾਰਾ ਲਾਲ ਕਿਲੇ ਤੋਂ ਝੰਡਾ ਨਾ ਚਲਾਉਣ, ਰਾਜਨੀਤੀ ਨੂੰ ਇਸ ਪਾਸੇ ਲੈ ਕੇ ਜਾਣਾ ਪਊਗਾ, ਤਾਂ ਹੀ ਜਿਹੜਾ ਇਹ ਸੰਘਰਸ਼ ਜਿਹੜਾ ਕਾਮਯਾਬ ਜਿਹੜਾ ਹੋਵੇਗਾ। ਔਰ ਜਿੱਥੋਂ ਤੱਕ 3 ਕਾਨੂੰਨਾਂ ਦਾ ਸਵਾਲ ਆ, ਇਹ ਲਾਗੂ ਕਰਨਾ ਨਾ ਤਾਂ RSS ਦੇ ਵਸਦਾ ਰਹੂਗਾ, ਨਾ BJP ਦੇ ਵਸਦਾ ਰਹੂਗਾ। ਅੱਜ ਪੰਜਾਬ ਦੇ ਵਿੱਚ BJP ਵਾਲਿਆਂ ਨੂੰ ਗਲੀ ਦੇ ਵਿੱਚ ਨਹੀਂ ਵੜਨ ਦਿੰਦਾ ਕੋਈ, ਆ ਮੇਰੇ ਬਜ਼ੁਰਗ ਸਾਥੀ ਕਿਸਾਨ ਸਾਰੇ ਖੜ੍ਹੇ ਨੇ ਕਿ ਜੇ ਕੋਈ BJP ਵਾਲਾ ਤੁਹਾਨੂੰ ਸਮਝਾਉਣ ਆ ਜਾਏ ਕਿ 3 ਕਾਨੂੰਨ ਜਿਹੜੇ ਨੇ ਉਹ ਤੁਹਾਡੇ ਹੱਕ ਦੇ ਵਿੱਚ ਆ, ਅਤੇ ਮੈਨੂੰ ਲੱਗਦਾ ਨਹੀਂ ਵੀ ਝੱਗਾ ਪੜਵਾਏ ਤੋਂ ਬਿਨਾਂ ਵਾਪਸ ਜਾਊਗਾ। ਝੱਗਾ ਪਾੜ ਕੇ ਤੋਰੋਗੇ ਤੁਸੀਂ, ਕਿਉਂਕਿ ਸਾਰੇ ਕਿਸਾਨ ਮਜ਼ਦੂਰ ਸਮਝ ਚੁੱਕੇ ਆ ਕਿ ਇਹ ਜਿਹੜਾ ਆਮ ਜਨਤਾ ਦੇ ਹਿੱਤ ਦੇ ਵਿੱਚ ਕਾਨੂੰਨ ਨਹੀਂ ਹੈ, ਇਸ ਲਈ ਇਹਨਾਂ ਨੂੰ ਜਿਹੜਾ ਵਾਪਸ ਸਰਕਾਰ ਨੂੰ ਕਰਨਾ ਹੀ ਪਵੇਗਾ।